आप देख रहे हैं APN वेब न्यूज, हर रोज एक नई खबर के साथ। अपना पंजाब वेब न्यूज, आपका अपना न्यूज चैनल। कोई रेड लाइट जंप नहीं की थी। अच्छा। लोग कह जिदा मर्जी रेड लाइट जंप की थी, कोई रेड लाइट नहीं जंप की थी, पर तो ड्रिंक की थी हुई है। हां ड्रिंक की थी हुई है। ते आपको मुलाजिम इस टाइम कह रहे थे इन्हें गालां भी कटियां था, क्या करना पड़ता है? नहीं नहीं मतलब नहीं पैदा होता। नो नहीं एक मिनट कर दो, बिल्कुल नहीं मतलब नहीं पैदा होता। ड्रिंक की हुई है कि मुलाजिम नु गाल कटी है। नहीं अपने मास्क क्यों नहीं लगाए? हां ओ ठीक है, ओ मेरी गलती है, अहीं मास्क नहीं लगाए। ड्रिंक करके ਤੁਸੀਂ ਗੱਡੀ ਚਲਾ ਰਹੇ? ਗੱਡੀ ਤੁਸੀਂ ਚਲਾ ਰਹੇ ਸੀ? ਆ ਗੱਡੀ ਚਲਾ ਰਹੇ। ਡ੍ਰਿੰਕ ਕਰਕੇ ਗੱਡੀ ਚਲਾਣਾ ਤਾਂ ਬਹੁਤ ਵੱਡਾ ਜੁਰਮ ਹੈ, ਚਲਾਣਾ ਹੈ ਤਾਂ ਕਾਨੂੰਨੀ ਅਪਰਾਧ ਆ। ਨਹੀਂ ਮੰਨਦੇ ਆ ਕਾਨੂੰਨੀ ਅਪਰਾਧ ਆ। ਕਿੱਥੇ ਜਾ ਰਹੇ ਸੀਗੇ? ਆਏ ਗਦਾਫਰ ਆਏ ਕਿੱਥੋਂ ਸੀਗੇ? ਸ੍ਰੀ ਹਰਗੋਬਿੰਦਪੁਰ ਸਰ। ਅਹੀਂ ਪੁਲਿਸ ਵਾਲੇ ਨੇ ਵੈਸੇ ਵੀ ਅਸਲ ਵਿੱਚ ਅਹੀਂ ਵੈਸੇ ਹੀ ਥੋੜਾ ਜਿਹਾ ਮੇਰਾ ਨਾਮ ਸੁਣਾਓ ਸਿੱਧੀ ਨਾ। ਕੀ ਗੱਲ ਕੀ ਹੋਈ ਜੀ? ਸਰ ਇਹਨਾਂ ਬੰਦਿਆਂ ਨੇ ਸਾਨੂੰ ਸੜਕ ਦੇ ਉੱਤੇ ਰੋਕਿਆ ਅਤੇ ਅਸੀਂ ਇੱਕ ਜਿੱਦਾਂ ਆਮ ਕਰਕੇ ਹੁੰਦਾ ਆ ਵੀ ਸਾਡਾ ਰੁਕਣਾ ਬਣਦਾ, ਅਸੀਂ ਰੁਕ ਗਏ। ਇਹਨਾਂ ਨੇ ਮੁੜ ਕੇ ਸਾਡੇ ਨਾਲ ਉਹ ਬਦਤਮੀਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕੀ ਕਿਹਾ ਤੁਹਾਨੂੰ ਮੈਡਮ? ਪੁਲਿਸ ਵਾਲਿਆਂ ਨੇ ਡਰਿੰਕ ਕੀਤੀ ਹੋਈ ਆ, ਡਰਾਈਵਰ ਨੇ ਵੀ ਡਰਿੰਕ ਕੀਤੀ ਹੋਈ ਜਾਂ ਬਦਤਮੀਜ਼ੀ ਉਹਨਾਂ ਨੇ ਕੀ? ਨੋ ਸਰ ਡਰਿੰਕ ਤਾਂ ਅਸੀਂ ਇੰਜੋਏ ਕਰ ਰਹੇ ਹਾਂ ਅੱਜ, ਹਮੇਸ਼ਾ ਹੀ ਕਰਦੇ ਹਾਂ। ਇੰਜੋਏ ਕਰਕੇ ਤੁਸੀਂ ਗੱਡੀ ਚਲਾ ਰਹੇ ਹੋ ਜੇ ਕੋਈ ਨਹੀਂ? ਮੈਂ ਨਹੀਂ ਗੱਡੀ ਚਲਾ ਰਿਹਾ। ਕੋਈ ਹਾਦਸਾ ਹੋਵੇ ਅੰਕਲ ਜੀ ਫੇਕ ਹੋਣ ਜੀ? ਮੈਂ ਨਹੀਂ ਗੱਡੀ ਚਲਾ ਰਿਹਾ। ਜੇ ਉਹਨਾਂ ਕੋਈ ਹਾਦਸਾ ਚਲਾ ਰਿਹਾ? ਮੈਂ ਡਰਾਈਵਰ ਗੱਡੀ ਚਲਾ ਰਿਹਾ। ਜੇ ਹਾਦਸਾ ਹੋ ਜਾਵੇ ਡਰਾਈਵਰ ਤਾਂ ਕੌਣ ਜ਼ਿੰਮੇਵਾਰ ਹੈ? ਇਹ ਸਰ ਇੰਨਾ ਵੀ ਨਹੀਂ ਵੀ ਤੁਹਾਡੇ ਤੋਂ ਖੜੇ ਨਹੀਂ ਹੋਇਆ ਜਾ ਰਿਹਾ, ਦੇਖ ਸਕਦੇ ਆਪਾਂ ਖੜੇ ਨਹੀਂ ਹੋਇਆ ਜਾ ਰਿਹਾ ਤੁਹਾਡੇ ਤੋਂ। ਹੈ ਮੈਂ ਕਿਹਾ ਖੜੇ ਵੀ ਨਹੀਂ ਹੋਇਆ ਜਾ ਰਿਹਾ ਤੁਹਾਡੇ ਤੋਂ ਆਪਾਂ ਦੇਖ ਸਕਦੇ ਹਾਂ। ਕਿਉਂ? ਹਾਂਜੀ ਸਰ ਆਪਾਂ ਨਾਕੇ 'ਤੇ ਖੜੇ ਸੀ SDM ਚੌਕ, ਮੈਂ ਚਲਾਨ ਕੱਢਦਾ ਪਿਆ ਸੀਗਾ ਅਤੇ ਸੈਕਟਰੀਏਟ ਵੱਲੋਂ ਗੱਡੀ ਆਈ ਅਤੇ ਸਾਡੇ ਮੁਲਾਜ਼ਮਾਂ ਨੇ ਰੋਕਿਆ ਉਹਨਾਂ ਨੂੰ, ਉਹ ਅੱਗੇ ਜਾ ਕੇ ਰੁਕ ਗਏ, ਪਹਿਲੇ ਰੁਕ ਨਹੀਂ ਰਹੇ ਸੀ, ਅੱਗੇ ਜਾ ਕੇ ਰੋਕਿਆ ਜ਼ਬਰਦਸਤੀ ਉਹਨਾਂ ਨੂੰ। ਰੋਕਣ ਤੋਂ ਬਾਅਦ ਜਦੋਂ ਬਾਹਰ ਨਿਕਲਿਆ ਬੰਦਾ ਤਾਂ ਪਤਾ ਲੱਗਿਆ ਸਾਨੂੰ ਵੀ ਸ਼ਰਾਬੀ ਹਾਲਤ 'ਚ ਹੈ। ਜਦੋਂ ਉਹਦੇ ਕਾਗਜ਼ ਚੈੱਕ ਕੀਤੇ ਤਾਂ ਕਾਗਜ਼ 'ਤੇ ਦੱਸਿਆ ਵੀ ਪਹਿਲੇ ਸਾਨੂੰ ਲਾਇਸੈਂਸ ਵੀ ਦਿੰਦਾ, RC ਵੀ ਦਿੰਦਾ ਸੀਗਾ, ਫਿਰ RC ਲਈ, ਫਿਰ ਲਾਇਸੈਂਸ ਬਾਰੇ ਪੁੱਛਿਆ ਤਾਂ ਲਾਇਸੈਂਸ ਕਹਿੰਦਾ ਮੇਰੇ ਕੋਲ ਹੈਗਾ ਨਹੀਂ। ਉਸ ਤੋਂ ਬਾਅਦ ਫਿਰ ਸਾਡੇ ਨਾਲ ਬਦਤਮੀਜ਼ੀ ਲੱਗਦਾ, ਕਹਿੰਦੇ ਸਾਨੂੰ ਕਿਉਂ ਰੋਕਿਆ ਤੁਸੀਂ, ਅਸੀਂ ਜਾ ਰਹੇ ਸੀ ਆਪਣੇ ਕੰਮ ਨੂੰ ਜਾ ਰਹੇ ਸੀਗੇ। ਮੈਂ 2 ਮਿੰਟ ਖੜਾ ਰਿਹਾ, ਮੈਂ ਚਲਾਨ ਦੂਜਾ ਭਰਦਾ ਸੀਗਾ। ਉਸ ਤੋਂ ਬਾਅਦ ਫਿਰ ਇੱਕ ਉਹ ਇਹਨਾਂ ਦਾ ਕੋਈ ਹੋਰ ਆਇਆ ਹੈਲਪਰ ਬੰਦਾ, ਉਹਨੇ ਸਾਡੇ ਨਾਲ ਬੜੀ ਚੰਗੀ ਡੀਲਿੰਗ ਕੀਤੀ, ਉਹਨੇ ਕਿਹਾ ਵੀ ਇਹਨਾਂ ਨੂੰ ਰਹਿਣ ਦੇ ਕੋਈ ਗੱਲ ਨਹੀਂ, ਪਰ ਇਹਨਾਂ ਨੇ ਉਹਦੀ ਵੀ ਨਹੀਂ ਮੰਨੀ, ਸਾਡੇ ਨਾਲ ਬਦਤਮੀਜ਼ੀ ਕਰਦੇ ਰਹੇ। ਉਸ ਤੋਂ ਬਾਅਦ ਫਿਰ ਆਪਾਂ ਇਹਨਾਂ ਦੀ ਇਹਨਾਂ ਦਾ ਚਲਾਨ ਭਰਿਆ, 1-3 ਨੰਬਰ, ਲਾਇਸੈਂਸ ਨਹੀਂ ਹੈਗਾ ਇਹਨਾਂ ਕੋਲ, 1-38 ਨੰਬਰ, ਜੇ ਵੀ ਇਹਨਾਂ ਨੇ ਡਰਿੰਕਿੰਗ ਕੀਤੀ ਹੈ ਗੱਡੀ ਚਲਾ ਰਹੇ ਹੈ, ਔਰ 1 ਕੀਤਾ 40 ਨੰਬਰ। ਗਾਲੀ ਗਲੋਚ ਵੀ ਕੀਤੀ ਕੋਈ ਇਹਨਾਂ ਨੇ? ਗਾਲੀ ਗਲੋਚ 1 ਬੰਦੇ ਨੇ ਕੀਤੀ, 1 ਬੰਦਾ ਠੀਕ ਸੀਗਾ। ਸਰ ਇਹਨਾਂ ਦੀ ਗੱਡੀ 'ਚੋਂ ਦਾਰੂ ਵੀ ਬਰਾਮਦ ਹੋਈ? ਸ਼ਰਾਬ ਦੀਆਂ ਬੋਤਲਾਂ ਪਈਆਂ 2-3 ਇਹਨਾਂ ਦੀ ਗੱਡੀ ਦੇ ਵਿੱਚ, ਬੀਅਰ ਦੀਆਂ। ਆਪ ਦੇਖ ਰਹੇ ਹੈ APN ਵੈਬ ਨਿਊਜ਼, ਹਰ ਰੋਜ਼ ਇੱਕ ਨਈ ਖਬਰ ਕੇ ਸਾਥ। ਅਪਨਾ ਪੰਜਾਬ ਵੈਬ ਨਿਊਜ਼, ਆਪਕਾ ਅਪਨਾ ਨਿਊਜ਼ ਚੈਨਲ।